ਸੋਸੀ ਟੈਕ ਦਿਓ SSV ਐਂਟਰਟੇਨਮੈਂਟ ਤੁਹਾਡਾ ਆਪਣਾ ਚੈਨਲ ਚਲੋ ਜੀ ਦੋਸਤੋ ਅੱਜ ਫੇਰ ਆਪਾਂ ਤੁਹਾਨੂੰ ਪਿੰਡ ਪੱਠਾ ਤੂਆ ਦੀ ਹੀ ਸੈਰ ਕਰਾਵਾਂਗੇ ਤੇ ਇਸ ਪਿੰਡ ਦੀਆਂ ਹੋਰ ਵੀ ਖਾਸ ਖਾਸ ਥਾਮਾਂ ਬਾਰੇ ਗੱਲਾਂ ਕਰਾਂਗੇ ਪਰ ਜਿਨ੍ਹਾਂ ਨੇ ਭੱਠਾ ਧੂਆ ਪਿੰਡ ਦਾ ਪਹਿਲਾ ਭਾਗ ਦੇਖਿਆ ਤੇ ਪਸੰਦ ਕੀਤਾ ਉਹਨਾਂ ਸਾਰਿਆਂ ਦਾ ਹੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਮੇਰੇ ਵੀਰਾਂ ਤੇ ਭੈਣਾਂ ਨੇ ਸਾਡੇ ਚੈਨਲ ਐਸਐਸਵੀ ਐਂਟਰਟੇਨਮੈਂਟ ਨੂੰ ਸਬਸਕ੍ਰਾਈਬ ਕਰਕੇ ਪੱਕੇ ਤੌਰ ਤੇ ਸਾਡੇ ਪਰਿਵਾਰ ਨੂੰ ਜੁਆਇਨ ਕੀਤਾ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਸਵਾਗਤ ਕਰਦਾ ਤੇ ਤੁਹਾਨੂੰ ਯਕੀਨ ਦਿਵਾਉਣਾ ਕਿ ਪੂਰੇ ਪੰਜਾਬ ਦੇ 14000 ਪਿੰਡਾਂ ਦੀ ਜਾਣਕਾਰੀ ਤੇ ਉਹਨਾਂ ਦਾ ਇਤਿਹਾਸ ਤੁਹਾਨੂੰ ਘਰੇ ਬੈਠਿਆਂ ਨੂੰ ਹੀ ਦਿਖਾਵਾਂਗੇ ਪਰ ਇਹ ਤੁਹਾਡੇ ਸਾਥ ਨਾਲ ਹੀ ਹੋਣਾ ਕੱਲਾ ਬੰਦਾ ਨਹੀਂ ਕੁਝ ਕਰ ਸਕਦਾ ਸੋ ਮੇਰੇ ਸਾਰੇ ਪ੍ਰੋਗਰਾਮ ਦੇਖਿਆ ਕਰੋ ਅਸੀਂ ਰੋਜ਼ ਸ਼ਾਮ ਨੂੰ 4 ਵਜੇ ਪ੍ਰੋਗਰਾਮ ਪਾਉਂਦੇ ਹੁੰਨੇ ਆ ਚਲੋ ਫਿਰ ਸ਼ੁਰੂ ਕਰਦੇ ਆ ਭੱਠਾ ਧੂਆ ਪਿੰਡ ਦਾ ਭਾਗ 2 ਫਿਰ ਆਏ ਕਰਦੇ ਆ ਅੱਜ ਭੱਠਾ ਧੂਆ ਪਿੰਡ ਦੀ ਸ਼ੁਰੂਆਤ ਕਰਦੇ ਆ ਪਿੰਡ ਦੇ ਸਕੂਲਾਂ ਤੋਂ ਤੇ ਆ ਪਿੰਡ ਚ ਇੱਕ ਪ੍ਰਾਈਵੇਟ ਸਕੂਲ ਆ ਤੇ ਇਹਦਾ ਨਾਮ ਹੈਗਾ ਨਿਊ ਜੀ ਐਮਟੀ ਪਬਲਿਕ ਸਕੂਲ ਤੇ ਜੇ ਮੇਥੋਂ ਤੁਸੀਂ ਸੱਚ ਪੁੱਛੋ ਤਾਂ ਮੈਂ ਪ੍ਰਾਈਵੇਟ ਸਕੂਲਾਂ ਦੇ ਬਹੁਤਾ ਹੱਕ ਚ ਨਹੀਂ ਹੈਗਾ ਉਹਦਾ ਇੱਕ ਕਾਰਨ ਤਾਂ ਇਹ ਆ ਕਿ ਇੱਥੇ ਬਹੁਤ ਫੀਸਾਂ ਲੱਗਦੀਆਂ ਦੂਜਾ ਇਹਨਾਂ ਸਕੂਲਾਂ ਦੇ ਅਧਿਆਪਕ ਬੱਚਿਆਂ ਦੇ ਮਾਪਿਓ ਨੂੰ ਵੀ ਬਹੁਤ ਬਿਜ਼ੀ ਰੱਖਦੇ ਆ ਆ ਪ੍ਰੋਜੈਕਟ ਬਣਾ ਲਿਓ ਆ ਡਰੈੱਸ ਬਣਾ ਲਓ ਹੁਣ ਇਹਦੀ ਟਿਊਸ਼ਨ ਰੱਖ ਦੋ ਤੇ ਮਾਪਿਓ ਉਹਨਾਂ ਅਧਿਆਪਕਾਂ ਨਾਲ ਗੱਲ ਵੀ ਡਰ-ਡਰ ਕੇ ਕਰਦੇ ਆ ਕਿ ਕਿਧਰੇ ਸਾਡੇ ਜਵਾਕ ਨੂੰ ਹਟਾਈ ਨਾ ਦੇਣ ਅਸਲ 'ਚ ਇਹ ਪ੍ਰਾਈਵੇਟ ਸਕੂਲ ਸਾਡੇ ਬੱਚਿਆਂ ਦੀਆਂ ਫੀਸਾਂ ਨਾਲ ਹੀ ਚੱਲਦੇ ਆ ਉਹਨਾਂ ਨੂੰ ਬੱਚਿਆਂ ਦੀ ਤੇ ਬੱਚਿਆਂ ਦੇ ਮਾਪਿਆਂ ਦੀ ਜ਼ਿਆਦਾ ਇੱਜ਼ਤ ਕਰਨੀ ਚਾਹੀਦੀ ਆ ਪਰ ਹੋ ਉਲਟਾ ਰਿਹਾ ਜਿਹੜਾ ਗਾਹਕ ਆ ਉਹ ਡਰਿਆ-ਡਰਿਆ ਫਿਰਦਾ ਤੇ ਜਿਹੜਾ ਪੈਸੇ ਲੈ ਕੇ ਸਿੱਖਿਆ ਵੇਚਦਾ ਉਹ ਆਕੜੇ ਫਿਰਦੇ ਆ ਦੂਜਾ ਕਾਂਸ਼ ਦੇ ਅਕੇ ਅਸੀਂ ਆਪ ਸਰਕਾਰੀ ਸਕੂਲਾਂ 'ਚ ਪੜੇ ਆ ਤੇ ਸਾਡੇ ਮਾਸਟਰਾਂ ਨੇ ਸਾਨੂੰ ਵਧੀਆ ਝੰਡਿਆ ਤਾਈਆਂ ਦਾ ਅੱਜ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆ ਜਾਣੀ ਜੇ ਸਾਡੇ ਬੱਚੇ ਸਰਕਾਰੀ ਸਕੂਲਾਂ 'ਚ ਪੜ ਕੇ ਸਾਡੇ ਵਰਗੇ ਹੀ ਬਣ ਜਾਣ ਤਾਂ ਕੀ ਖਰਾਬੀ ਆ ਪਰ ਨਹੀਂ ਅਸੀਂ ਪੰਜਾਬੀ ਹੁੰਨੇ ਆ ਜੇ ਨਾਲਦਿਆਂ ਨੇ ਆਪ ਦਾ ਜਵਾਕ ਅੰਗਰੇਜ਼ੀ ਵਾਲੇ ਖੂਚ ਸਿੱਟਿਆ ਤਾਂ ਅਸੀਂ ਵੀ ਉੱਥੇ ਹੀ ਸਿਤਾਂਗੇ ਨਹੀਂ ਤਾਂ ਸਾਡੀ ਆਣ ਗੌਣ 'ਚ ਨੱਕ ਨਹੀਂ ਰਹਿਣੀ ਬਈ ਭਲੀਓ ਮਾਨਸੋ ਦੇਖ ਤਾਂ ਲਓ ਕਿ ਅੰਗਰੇਜ਼ੀ ਸਕੂਲਾਂ ਚੋਂ ਪੜੇ ਹੋਏ ਕਿੰਨੇ ਕ ਜਵਾਕ ਆਪਦੇ ਮਾਪਿਆਂ ਨਾਲ ਰਹਿੰਦੇ ਆ 90% ਆਈਲਰਡ ਕਰਕੇ ਬਾਹਰਲੇ ਮੁਲਕਾਂ ਜਾ ਰਹੇ ਆ ਉੱਥੇ ਜਾ ਕੇ ਦਿਹਾੜੀਆਂ ਕਰਦੇ ਆ ਤੇ ਸਰਕਾਰੀ ਸਕੂਲਾਂ ਵਾਲੇ ਕਿੰਨੇ ਕ ਬਾਹਰ ਜਾਂਦੇ ਆ ਉਹਨਾਂ 'ਚੋਂ 90% ਆਪਦੇ ਪਿੰਡ 'ਚ ਹੀ ਆਪਦੇ ਮਾਪਿਆਂ ਦੇ ਕੋਲ ਰਹਿੰਦੇ ਆ ਤੇ ਸਰਕਾਰੀ ਨੌਕਰੀਆਂ ਵੀ ਉਹੀ ਕਰਦੇ ਆ ਕੱਲਾ ਫੇਸਬੁੱਕਾਂ 'ਤੇ ਰੌਲਾ ਪਾਉਣ ਦਾ ਨਹੀਂ ਖਸਰਨਾ ਕਿ ਪੰਜਾਬ ਤੇ ਪੰਜਾਬੀ ਬਚਾਓ ਜੀ ਇੱਥੇ ਭਈਆਂ ਨੇ ਰਾਜ ਕਰਨਾ ਸਾਰੀਆਂ ਨੌਕਰੀਆਂ ਤਾਂ ਭਈਏ ਕਰੀ ਜਾਂਦੇ ਆ ਤੁਸੀਂ ਆਪਦੇ ਜਵਾਕ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਉਨੇ ਹੋ ਤੇ ਫੇਸਬੁੱਕਾਂ 'ਤੇ ਪੰਜਾਬੀ ਬਚਾਉਣ ਦੇ ਰੌਲੇ ਪਾਉਨੇ ਹੋ ਆਪਦੇ ਜਵਾਕ ਬਾਹਰ ਭੇਜੀ ਜਾਂਦੇ ਹੋ ਤੇ ਫੇਸਬੁੱਕਾਂ 'ਤੇ ਰੌਲਾ ਪਾਉਂਦੇ ਹੋ ਕਿ ਭਈਏ ਭਜਾਓ ਪੰਜਾਬ 'ਚ ਜੇ ਤੁਸੀਂ ਇਨ੍ਹਾਂ ਹਾਲਾਤਾਂ 'ਚ ਭਈਏ ਭਜਾਵ ਵੀ ਦਿੱਤੇ ਤੱਕ ਕੰਮ ਜਗਾਂਡਾ ਤੋਂ ਲਿਆ ਕੇ ਕਾਲਿਆਂ ਤੋਂ ਕਰਾਉਂਗੇ ਸੋ ਪਹਿਲਾਂ ਆਪਾਂ ਆਪਦੇ ਆਪ ਨੂੰ ਸੁਧਾਰੀਏ ਫੇਰ ਫੇਸਬੁਕਾਂ ਤੇ ਝੰਡਾ ਲੈ ਕੇ ਤੁਰਨ ਦਾ ਫਾਇਦਾ ਚਲੋ ਹੁਣ ਤੁਹਾਨੂੰ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਵੀ ਦਿਖਾਈ ਦਿੰਨੇ ਆ ਜੋ ਬਹੁਤ ਹੀ ਵਧੀਆ ਬਣਿਆ ਹੋਇਆ ਤੇ ਇੱਥੇ ਅਧਿਆਪਕ ਵੀ ਬਹੁਤ ਨਰਮ ਨੇ ਪਰ ਇਸ ਪਿੰਡ 'ਚ ਸਰਕਾਰੀ ਹਾਈ ਸਕੂਲ ਨਹੀਂ ਹੈਗਾ ਸ਼ਾਇਦ ਉਹਦੀ ਲੋੜ ਹੀ ਨਾ ਹੋਵੇ ਕਿਉਂਕਿ ਬੱਚੇ ਤਾਂ ਪ੍ਰਾਈਵੇਟ ਸਕੂਲਾਂ 'ਚ ਪੜਦੇ ਆ ਸਰਕਾਰੀ ਹਾਈ ਸਕੂਲ 'ਚ ਕਿਹਨੂੰ ਲਾਵਾਂਗੇ ਇਹ ਸੋਚ ਕੇ ਹੀ ਪਿੰਡ ਵਾਸੀਆਂ ਨੇ ਸ਼ਾਇਦ ਸਰਕਾਰ ਤੋਂ ਹਾਈ ਸਕੂਲ ਮੰਗਿਆ ਹੀ ਨਾ ਹੋਵੇ ਹਲੇ ਤੱਕ ਇਸ ਪਿੰਡ ਇੱਕ ਅੰਗਨਵਾੜੀ ਸੈਂਟਰ ਵੀ ਆ ਉੱਥੇ ਬੱਚਿਆਂ ਨੂੰ ਬਹਿਣਾ ਉੱਠਣਾ ਸਿਖਾ ਕੇ ਫਿਰ ਪ੍ਰਾਈਵੇਟ ਸਕੂਲਾਂ ਚ ਭੜਾਇਆ ਜਾਂਦਾ ਪ੍ਰਾਈਵੇਟ ਸਕੂਲਾਂ ਤੇ ਮੈਂ ਥੋੜਾ ਜਿਆ ਇਸ ਕਰਕੇ ਵੀ ਗੁੱਸੇ ਹਾਂ ਕਿ ਅਸੀਂ ਕਈ ਪਿੰਡਾਂ 'ਚ ਸਰਕਾਰੀ ਸਕੂਲਾਂ ਦੇ ਖੰਡਰ ਦੇਖਿਆ ਜਿੱਥੇ ਬੱਚੇ ਨਾ ਹੋਣ ਕਰਕੇ ਸਰਕਾਰ ਨੇ ਮਾਸਟਰ ਕਿਤੇ ਹੋਰ ਭੇਜਤੇ ਬਿਜਲੀ ਸਾਨੂੰ ਮੁਫਤ ਚਾਹੀਦੀ ਆ ਆਟਾ ਦਾਲ ਦੀ ਸਾਨੂੰ ਸਕੀਮ ਚਾਹੀਦੀ ਆ ਬੱਸਾਂ ਦਾ ਕਿਰਾਇਆ ਸਾਨੂੰ ਹੋਣਾ ਹੀ ਨਹੀਂ ਚਾਹੀਦਾ ਪਰ ਜਿਹੜੀ ਚੀਜ਼ ਮੁਫਤ ਆ ਉਹ ਸਾਨੂੰ ਚਾਹੀਦੀ ਨਹੀਂ ਵੀਰੋ ਕਾਰੀ ਸਕੂਲਾਂ 'ਚ ਪੜ੍ਹਾਈ ਮੁਫਤ ਵਰਗੀ ਹੋਈ ਆ ਉਹਦਾ ਫਾਇਦਾ ਲੈ ਲਓ ਚਲੋ ਸੋਚੋ ਹੁਣ ਆਪਾਂ ਅੱਗੇ ਚੱਲਦੇ ਆਂ ਦੋਸਤੋ ਸ਼ਾਇਦ ਤੁਹਾਨੂੰ ਯਾਦ ਹੋਣਾ ਆਪਾਂ ਪਠਾ ਧੂਆ ਪਿੰਡ ਦਾ ਫੁੱਟਬਾਲ ਟੂਰਨਾਮੈਂਟ ਵੀ ਦਿਖਾਇਆ ਸੀ ਤੁਹਾਨੂੰ ਤੇ ਹੁਣ ਵੀ ਜਦੋਂ ਅਸੀਂ ਇੱਥੇ ਆਏ ਪਟਾਤੂ ਆ ਪਿੰਡ ਦੀ ਕ੍ਰਿਕਟ ਟੀਮ ਦਾ ਲੁਧਿਆਣਾ ਦੀ ਕ੍ਰਿਕਟ ਟੀਮ ਨਾਲ ਬਹੁਤ ਹੀ ਫਸਮਾ ਮੁਕਾਬਲਾ ਚੱਲ ਰਿਹਾ ਸੀ ਜਾਨੀ ਇਸ ਪਿੰਡ ਦੇ ਲੋਕਾਂ ਨੂੰ ਖੇਡਾਂ ਨਾਲ ਬਾਵਾ ਪਿਆਰ ਆ ਇਸੇ ਕਰਕੇ ਤਾਂ ਇੰਨੀ ਖੁੱਲੀ ਗਰਾਊਂਡ ਬਣਾਈ ਹੋਈ ਆ ਖਿਡਾਰੀਆਂ ਦੀ ਹੌਸਲਾ ਵਜਾਈ ਲਈ ਟੂਰਨਾਮੈਂਟ ਕਰਵਾਉਂਦੇ ਨੇ ਵਧੀਆ ਲੱਗਿਆ ਦੇਖ ਕੇ ਫਿਰ ਆ ਆ ਗਈ ਪਾਣੀ ਵਾਲੀ ਟੈਂਕੀ ਇਹਨੂੰ ਦੇਖ ਕੇ ਸ਼ੋਲੇ ਦੇ ਧਰਮਿੰਦਰ ਵਾਲਾ ਸੀਨ ਮੈਨੂੰ ਪੱਕਾ ਯਾਦ ਆਉਂਦਾ ਹੁੰਦਾ ਅਗਰ ਮੇਰੀ ਬਸੰਤੀ 'ਚ ਸ਼ਾਦੀ ਨਾ ਹੋਈ ਤੋ ਸੁਣ ਲੋ ਗਾਂਵ ਵਾਲੋ ਮੈਂ ਕੂਦ ਜਾਊਂਗਾ ਫਾਂਦ ਜਾਊਂਗਾ ਚਲੋ ਖੈਰ ਫੇਰ ਆ ਹੈ ਪਾਣੀ ਨੂੰ ਸਾਫ਼ ਕਰਨ ਵਾਲਾ ਆਰਓ ਸਿਸਟਮ ਇਹਦੇ ਨਾਲ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਫੇਰ ਆ ਹੈ ਪਿੰਡ ਦਾ ਪਾਠੀ ਕੇਂਦਰ ਨਹੀਂ ਨਹੀਂ ਉਹ ਤਾਂ ਉਹੀ ਲੱਗਦਾ ਅਸਲ 'ਚ ਇਹ ਸੇਵਾ ਕੇਂਦਰ ਆ ਹੁਣ ਇਹ ਤਾਂ ਕਿਸੇ ਦੀ ਸੇਵਾ ਕਰਨ ਦੇ ਹਾਲਾਤਾਂ 'ਚ ਲੱਗਦਾ ਨਹੀਂ ਇਸੇ ਕਰਕੇ ਲੋਕ ਇੱਥੇ ਪਾਠੀਆਂ ਪੜ੍ਹ ਜਾਂਦੇ ਆ ਚਲੋ ਕੋਈ ਤਾਂ ਫਾਇਦਾ ਲਈ ਆਈ ਜਾ ਰਿਆ ਫਿਰ ਦੋਸਤੋ ਇਹ ਪਿੰਡ ਅਮੀਰਾਂ ਦਾ ਹੋਣ ਕਰਕੇ ਐਕਸੈਸ ਬੈਂਕ ਵਾਲਿਆਂ ਨੇ ਵੀ ਇੱਥੇ ਬ੍ਰਾਂਚ ਖੋਲੀ ਹੋਈ ਆ ਵੈਸੇ ਇਹ ਬੈਂਕ ਵਾਲਿਆਂ ਨੇ ਸਹੀ ਸੋਚਿਆ ਨਹੀਂ ਲੋਕੀ ਕਈ ਘੋਲ ਵੀ ਕਰ ਜਾਂਦੇ ਆ ਨਾ ਦੂਰ ਜਾਣ ਤੋਂ ਤੇ ਮੁੜ ਕੇ ਪੈਸੇ ਇੱਧਰ-ਉੱਧਰ ਖਰਚ ਲੈਂਦੇ ਆ ਹੁਣ ਪਿੰਡ 'ਚ ਹੀ ਬੈਂਕ ਆ ਬੰਦਾ ਸਾਈਕਲ ਨੂੰ ਪੈਂਚਰ ਲਵਾਉਣ ਆਇਆ ਹੀ ਪੈਸੇ ਜਮਾ ਕਰਾ ਜਾਂਦਾ ਪਿੰਡ 'ਚ ਬੈਂਕ ਹੋਣ ਦੇ ਫਾਇਦੇ ਬਹੁਤ ਆ ਇੱਕ ਤਾਂ ਇਹ ਕਿ ਲੋਕਾਂ ਦੇ ਪੈਸੇ ਜੁੜ ਜਾਂਦੇ ਆ ਦੂਜਾ ਜੇ ਕੋਈ ਧਾਰ ਮੰਗਣ ਆਲਾ ਆ ਜਵੇ ਤਾਂ ਕਹਿਣ ਨੂੰ ਤਾਂ ਹੁੰਦਾ ਕਿ ਯਾਰ ਮੇਰੇ ਕੋਲੇ ਕੈਸ਼ ਤਾਂ ਹੈ ਨਹੀਂ ਬੈਂਕ 'ਚ ਪਿਆ ਤੇ ਅੱਜ ਬੈਂਕ ਬੰਦ ਆ ਤੂੰ ਆਪਦਾ ਕਿਦੋਂ ਹੋਰ ਜਿਗਾਰਡ ਕਰ ਲਾ ਭਾਵੇਂ ਮੇਰੇ ਅਰਗੇ ਦਾ ਬੈਂਕ 'ਚ ਖਾਤਾ ਹੀ ਨਾ ਹੋਵੇ ਤੇ ਕਈ ਮੇਰੇ ਅਰਗੇ ਗਰੀਬ ਬੰਦੇ ਗਲਤੀ ਨਾਲ 100 ਰੁਪਏ ਜਮ੍ਹਾਂ ਕਰਾ ਦਿੰਦੇ ਆ ਤੇ ਮੁੜ ਕੇ ਜਾ ਕੇ ਰਾਤ ਨੂੰ ਗਾਰਡ ਦੇ ਚਪੇੜਾਂ ਮਾਰੀ ਜਾਂਦਾ ਉੱਠ ਓਏ ਅੰਦਰ ਸਾਲਿਆ ਸਾਡੀਆਂ ਰਕਮਾਂ ਜਮ੍ਹਾਂ ਕਰਾਈਆਂ ਹੋਈਆਂ ਸੁੱਤਾ ਪਿਆ ਇੱਥੇ ਪਰ ਜੋ ਵੀ ਆ ਬੈਂਕ ਨਾਲ ਲੋਕਾਂ ਦਾ ਉਹਲਾ ਜਤਾ ਬਣਿਆ ਹੋਇਆ ਕਿ ਇਹਨਾਂ ਕੋਲੇ ਪੈਸੇ ਹੈਗੇ ਆ ਤੇ ਆਹ ਹੈ ਪਿੰਡ ਪੱਠਾ ਤੂਆ ਦਾ ਇੰਡੀਅਨ ਔਇਲ ਕੰਪਨੀ ਦਾ ਪੈਟਰੋਲ ਪੰਪ ਜਾਨੀ ਪਿੰਡ ਚ ਸਾਰੀਆਂ ਸਹੂਲਤਾਂ ਹੈਗੀਆਂ ਹੀ ਨੇ ਆਹ ਪੰਪ ਦਾ ਵੀ ਖੇਤੀਬਾੜੀ ਕਰਨ ਵਾਲਿਆਂ ਨੂੰ ਬਹੁਤ ਫਾਇਦਾ ਕਿਉਂਕਿ ਝੋਨਾ ਲਾਉਣ ਵੇਲੇ ਬਿਜਲੀ ਤਾਂ ਆਉਂਦੀ ਨਹੀਂ ਫਿਰ ਇਸ ਪੈਟਰੋਲ ਪੰਪ ਤੋਂ ਭਰਾਏ ਹੋਏ ਡੀਜ਼ਲ ਦੇ ਢੋਲਾਂ ਨਾਲ ਹੀ ਹਰੀ ਕ੍ਰਾਂਤੀ ਆਉਂਦੀ ਆ ਜਾਨੀ ਇਸ ਪਿੰਡ ਦੀ ਤਰੱਕੀ ਚ ਆਹ ਪੰਪ ਦਾ ਵੀ ਬਹੁਤ ਵੱਡਾ ਹੱਥ ਆ ਆਪਣੇ ਪਿੰਡਾਂ ਚ ਲੋਕ ਉਹੀ ਵੀ ਲੋਕਾਂ ਨੂੰ ਕਹੀ ਜਾਂਦੇ ਰਹਿੰਦੇ ਨਾ ਯਾਰ ਮੈਨੂੰ ਪੰਪ ਨਾ ਦੇ ਕਿਉਂਕਿ ਉਹ ਇੰਡੀਅਨ ਆਇਲ ਦਾ ਪੰਪ ਨਹੀਂ ਨਾ ਦਿੰਦੇ ਉਹ ਦਿੰਦੇ ਆ ਮਾਈਕੋ ਦਾ ਪੰਪ ਫਿਰ ਉਦੋਂ ਗਾਂਦ ਨੂੰ ਪਤਾ ਹੀ ਹੈ ਮਾਈਕੋ ਦੇ ਪੰਪ ਨਾਲ ਕੀ ਹੁੰਦਾ ਚਲੋ ਹੁਣ ਆਪਾਂ ਗਾਂ ਚੱਲਦੇ ਆਂ ਫੇਰ ਦੋਸਤੋ ਇਸ ਪਿੰਡ 'ਚ ਆ ਹੈ ਬੇਰਕਾ ਦੋਦੀ ਡੈਰੀ ਇੱਥੇ ਤਕਰੀਬਨ ਸਾਰਾ ਪਿੰਡ ਹੀ ਦੁੱਧ ਪਾਉਂਦਾ ਤੇ ਇੱਥੇ ਸਾਡੀ ਪਿੰਡ ਦੇ ਚੌਂਕੀਦਾਰ ਸੂਬਾ ਸਿੰਘ ਜੀ ਨਾਲ ਵੀ ਮੁਲਾਕਾਤ ਹੋਈ ਉਹਨਾਂ ਨੇ ਵੀ ਸਾਨੂੰ ਪਿੰਡ ਬਾਰੇ ਕਾਫੀ ਜਾਣਕਾਰੀ ਦਿੱਤੀ ਜਿਉਂਦੇ ਰਹੋ ਬਾਈ ਸੂਬਾ ਸਿੰਘ ਜੀ ਫੇਰ ਦੋਸਤੋ ਸਾਨੂੰ ਇਸ ਪਿੰਡ ਦੇ ਸਭ ਤੋਂ ਵੱਧ ਉਮਰ ਦੇ ਬਾਬੂ ਰਾਮ ਜੀ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਪਰ ਹੁਣ ਉਹਨਾਂ ਦੀ ਉਮਰ 100 ਸਾਲ ਦੇ ਲਾਗੇ ਸਾਗੇ ਹੋਣੀ ਹੈ ਇਸੇ ਕਰਕੇ ਪਿੰਡ ਦੀ ਜਾਣਕਾਰੀ ਤਾਂ ਉਹਨਾਂ ਤੋਂ ਕੋਈ ਮਿਲ ਨਹੀਂ ਸਕੀ ਪਰ ਉਹਨਾਂ ਨੂੰ ਦੇਖ ਕੇ ਉਹ ਬੜੀ ਜਾ ਜ਼ਰੂਰ ਲੱਗਿਆ ਤੇ ਉਹਨਾਂ ਦੇ ਘਰੇ ਸਾਨੂੰ ਬੇਵੀ ਭੈਣ ਜੀ ਗੁਰਨੂਰ ਕੁਮਾਰ ਤੇ ਰਮੇਸ਼ ਕੁਮਾਰ ਜੀ ਵੀ ਮਿਲੇ ਤੇ ਇਹ ਬਹੁਤ ਹੀ ਵਧੀਆ ਪਰਿਵਾਰ ਆ ਇਹਨਾਂ ਨੇ ਸਾਡਾ ਪੈਨਡ ਆਉਣ ਤੇ ਜੀ ਆਇਆਂ ਵੀ ਕੀਤਾ ਤੇ ਸਾਨੂੰ ਚਾਹ ਬਾਣੀ ਵੀ ਪੁੱਛਿਆ ਜਿਉਂਦੇ ਰਹੋ ਭੈਣ ਜੀ ਤੇ ਫੇਰ ਦੋਸਤੋ ਆ ਵੀਰ ਦਾ ਨੋਆ ਗੁਰਵਿੰਦਰ ਸਿੰਘ ਤੇ ਹੈ ਤਾਂ ਲੁਧਿਆਣੇ ਤੋਂ ਪਰ ਇੱਥੇ ਇਹਨਾਂ ਨੇ achar ਪਾਇਆ ਹੋਇਆ ਹੁਣ ਆਏ ਨਾ ਸੋਚਣ ਲੱਗ ਜਿਓ ਕਿ ਉਹ ਮੁੰਡਾ ਹੈ ਤਾਂ ਬਣਦਾ ਦੰਦਾ ਇਹਨੂੰ ਗਲਗਲਾਂ ਦਾ ਤੇ ਤੁਕਿਆਂ ਦਾ achar ਪਾਉਣ ਦੀ ਕੀ ਲੋੜ ਪੈਗੀ ਉਹ ਨਹੀਂ ਭਰਾਵੋ ਇਹ ਪਸ਼ੂਆਂ ਲਈ ਪੱਠਿਆਂ ਦਾ achar ਬਣਾਉਂਦੇ ਨੇ ਤੇ ਪਿੰਡ ਦੇ ਲੋਕਾਂ ਨੇ ਵੀ ਇਸ ਵੀਰ ਦੀ ਬਹੁਤ ਤਾਰੀਫ ਕੀਤੀ ਕਹਿੰਦੇ ਗੁਰਵਿੰਦਰ ਦਲਦਾਰ ਬੰਦਾ ਇਹਦੇ ਤੋਂ ਜਦੋਂ ਮਰਜੀ ਇachar ਲੈ ਜਾਓ ਵਿਚਾਰਾ ਕਦੇ ਪੈਸੇ ਵੀ ਨਹੀਂ ਮੰਗਦਾ ਇਹ ਬਾਈ ਲਖਵਿੰਦਰ ਸਿੰਘ ਗਾਗੀ ਵੀਰੇ ਦੇ ਖਾਸ ਦੋਸਤ ਨੇ ਤੇ ਜਿਵੇਂ ਮੈਂ ਤੁਹਾਨੂੰ ਕੱਲ੍ਹ ਦੇ ਪ੍ਰੋਗਰਾਮ 'ਚ ਹੀ ਦੱਸਿਆ ਸੀ ਕਿ ਸਾਨੂੰ ਇਸ ਪਿੰਡ 'ਚ ਗਾਗੀ ਵੀਰੇ ਨੇ ਹੀ ਸੱਦਿਆ ਐਸੇ ਕਰਕੇ ਗੁਰਵਿੰਦਰ ਵੀਰ ਨੇ ਵੀ ਸਾਡਾ ਬਹੁਤ ਮਾਣ ਸਤਿਕਾਰ ਕੀਤਾ ਤੇ ਇਹ ਬੰਦੇ ਬਹੁਤ ਹੀ ਹਜ਼ਮੁਖ ਨੇ ਚਲੋ ਓਹ ਕਰਦੇ ਆ ਇੱਕ ਗੱਲ ਸੁਣਾ ਦੇਣਾ ਤੁਹਾਨੂੰ ਬਾਈ ਕਹਿੰਦਾ ਵੀਰ ਕਿਸੇ ਨੇ ਆਪ ਦੇ ਕਰੇ ਤੋਤਾ ਰੱਖਿਆ ਹੋਇਆ ਜੀਦੇ ਉਹ ਬਹੁਤ ਗਾਣਾ ਘੜਦਾ ਹੁੰਦਾ ਸੀ ਤੇ ਉਹਦੀ ਇਸ ਬਿਮਾਰੀ ਤੋਂ ਉਹਦਾ ਮਾਲਕ ਬਾਵਾ ਤੰਗ ਸੀ ਕਿਉਂਕਿ ਘਰੇ ਕਦੇ ਕੋਈ ਰਿਸ਼ਤੇਦਾਰ ਆਇਆ ਹੁੰਦਾ ਤਾਂ ਤੋਤੇ ਦੀਆਂ ਗਾਲਾਂ ਸੁਣ ਕੇ ਬਹੁਤ ਸ਼ਰਮਿੰਦਾ ਹੋਣਾ ਪੈਂਦਾ ਸੀ ਉਹਨਾਂ ਨੂੰ ਤੇ ਫਿਰ ਭਾਈ ਗਾਗੀ ਵਰਗੇ ਉਹਨੂੰ ਸਲਾਹ ਦਿੱਤੀ ਕਿ ਤੇਰੇ ਤੋਤੇ ਦਾ ਇਲਾਜ ਪੰਡਿਤ ਕਰ ਸਕਦਾ ਉਹ ਵਧੀਆ ਪਾਠ ਪੂਜਾ ਵਾਲਾ ਬੰਦਾ ਤੇ ਉਹਦੇ ਘਰੇ ਵੀ ਤੋਤੀ ਰੱਖੀ ਹੋਈ ਆ ਜੋ ਵਧੀਆ ਰਾਮ ਰਾਮ ਕਰਦੀ ਆ ਤੇ ਰੱਬ ਦਾ ਨਾਮ ਲੈਂਦੀ ਆ ਇਹ ਸੁਣ ਕੇ ਤੋਤੇ ਦਾ ਮਾਲਕ ਫਟਾਫਟ ਆਪਦਾ ਤੋਤਾ ਲੈ ਕੇ ਪੰਡਤਾਂ ਦੇ ਘਰੇ ਤੇ ਜਾ ਕੇ ਆਪਦੀ ਪੂਰੀ ਸਮੱਸਿਆ ਪੰਡਤ ਨੂੰ ਦੱਸ ਕੇ ਕਹਿੰਦਾ ਜੀ ਹੁਣ ਮੇਰੀ ਇੱਜ਼ਤ ਤੁਹਾਡੇ ਹੱਥ ਚਾ ਕੁਝ ਕਰੋ ਤਾਂ ਮੂਰਿਓ ਪੰਡਿਤ ਕਹਿੰਦਾ ਤੁਸੀਂ ਫਿਕਰ ਨਾ ਕਰੋ ਜੀ ਇਹਨੂੰ ਥੋੜੇ ਦਿਨ ਸਾਡੇ ਘਰੇ ਛੱਡ ਜੋ ਸਾਡੇ ਇੱਥੇ ਪਾਠ ਪੂਜਾ ਸੁਣੂਗਾ ਤੇ ਰਾਮਨਾਮ ਜਪਣ ਵਾਲੀ ਤੋਤੀ ਨਾਲ ਰਹੂਗਾ ਤਾਂ ਇਹ ਵੀ ਗਾਲਾਂ ਕੱਢਣੋਂ ਹਟਜੂ ਤੇ ਜਦੋਂ ਉਹ ਬੰਦਾ ਹਫ਼ਤੇ ਤੋਂ ਬਾਅਦ ਪੰਡਿਤ ਜੀ ਦੇ ਘਰ ਗਿਆ ਆਪਦੇ ਤੋਤੇ ਦਾ ਹਾਲ ਚਾਲ ਜਾਣਨ ਤਾਂ ਪੰਡਿਤ ਸਿਰ ਤੇ ਪੱਟੀ ਬੰਨੀ ਬੈਠਾ ਮੰਜੇ ਤੇ ਤੇ ਬੰਦਾ ਜਾ ਕੇ ਕਹਿੰਦਾ ਕੀ ਗੱਲ ਹੋ ਗਈ ਪੰਡਿਤ ਜੀ ਠੀਕ ਆ ਤਾਂ ਪੰਡਿਤ ਮੂਰਿਓ ਕਹਿੰਦਾ ਹਾਂ ਠੀਕ ਹੀ ਹਾਂ ਤੇਰਾ ਤੋਤਾ ਗਾਲਾਂ ਕੱਢਣੋਂ ਤਾਂ ਹਟ ਗਿਆ ਤੱਪ ਬੰਦਾ ਕਹਿੰਦਾ ਪੰਡਤ ਜੀ ਫਿਰ ਸਰ ਕਿਉਂ ਬੰਨਿਆ ਤਾਂ ਪੰਡਤ ਕਹਿੰਦਾ ਮੇਰੀ ਤੋਤੀ ਵੀ ਰਾਮ ਰਾਮ ਕਰਨੋਂ ਹਟ ਗਈ ਬੰਦਾ ਕਹਿੰਦਾ ਹਾਂ ਜੀ ਤਾਂ ਪੰਡਤ ਕਹਿੰਦਾ ਚੱਲ ਆ ਆ ਦਿਖਾਵਾਂ ਤਾਂ ਉਹ ਦੋਵੇਂ ਜਾਣੇ ਪਿੰਜਰੇ ਦੇ ਮੂਹਰੇ ਜਾ ਖੜੇ ਹੋਏ ਤਾਂ ਦੋਨੇ ਤੋਤਾ ਤੇ ਤੋਤੀ ਹੈਡ ਹੈਡ ਕਰਕੇ ਹੱਸਣ ਤਾਂ ਉਹ ਬੰਦਾ ਆਪਦੇ ਤੋਤੇ ਨੂੰ ਕਹਿੰਦਾ ਹੁਣ ਗਾਲ ਕੱਢ ਕੇ ਤਾਂ ਦਿਖਾ ਤਾਂ ਮੂਹਰੇ ਤੋਤਾ ਕਹਿੰਦਾ ਕਿਉਂ ਮੇਰਾ ਦਿਮਾਗ ਖਰਾਬ ਪਹਿਲਾਂ ਤਾਂ ਮੈਂ ਤਾਂ ਗਾਲਾਂ ਕੱਢਦਾ ਸੀ ਕਿ ਸਾਲਿਓ ਮੇਰਾ ਵਿਆਹ ਕਰ ਦੋ ਤੇ ਤੁਸੀਂ ਸੁਣਦੇ ਨਹੀਂ ਸੀ ਫਿਰ ਪੰਡਤ ਨੇ ਆਪਦੀ ਤੋਤੀ ਤੋਂ ਪੁੱਛਿਆ ਬੋ ਤੂੰ ਨਹੀਂ ਰਾਮ ਰਾਮ ਕਰਦੀ ਤਾਂ ਤੋਤੀ ਕਹਿੰਦੀ ਰਾਮ ਰਾਮ ਤਾਂ ਮੈਂ ਤਾਂ ਕਰਦੀ ਸੀ ਕਿ ਮੈਨੂੰ ਸੋਣਾ ਜਾਂ ਪਤੀ ਮਿਲ ਜੇ ਹੁਣ ਮੈਨੂੰ ਮਿਲ ਗਿਆ ਹੁਣ ਕਿਉਂ ਕਰਾਂ ਰਾਮ ਰਾਮ ਤੇ ਇਹ ਗੱਲ ਸੁਣ ਕੇ ਅਸੀਂ ਹੱਸ ਪਏ ਤੇ ਭਾਈ ਗੁਰਿੰਦਰ ਸਿੰਘ ਕਹਿੰਦਾ ਬਾੜੇ ਲੋਕੀ ਆਪਦੇ ਮਤਲਬ ਨੂੰ ਹੀ ਰਾਮ ਰਾਮ ਕਰਦੇ ਆ 10 ਰੁਪਏ ਮੱਥਾ ਟੇਕ ਕੇ 100 ਚੀਜ਼ਾਂ ਮੰਗ ਲੈਂਦੇ ਆ ਜਾਣੀ ਭਾਈ ਗੁਰਵਿੰਦਰ ਸਿੰਘ ਜੀ ਵਧੀਆ ਰੋਚਕ ਬੰਦੇ ਲੱਗੇ ਫਿਰ ਦੋਸਤੋ ਆ ਪਿੰਡ ਦੇ ਬਾਰ ਬਾਰ ਚੱਕ ਪਿੰਡ ਵਾਲੇ ਰਾਹ ਤੇ ਪੀਰ ਬਾਬਾ ਝੰਡ ਵਾਲੇ ਦੀ ਜਗਾ ਜੋ ਬਹੁਤ ਹੀ ਵਧੀਆ ਬਣਾਈ ਹੋਈ ਆ ਇੱਥੇ ਵੀ ਤਕਰੀਬਨ ਸਾਰਾ ਪਿੰਡ ਹੀ ਸ਼ਰਧਾ ਨਾਲ ਮੱਥਾ ਟੇਕਦਾ ਸਾਨੂੰ ਵੀ ਇੱਥੇ ਆ ਕੇ ਵਧੀਆ ਲੱਗਿਆ ਫਿਰ ਆ ਆ ਗਈ ਪਿੰਡ ਦੀ ਮਸੀਤ ਤੇ ਇੱਥੇ ਸਾਡੀ ਮੌਲਵੀ ਸਾਹਿਬ ਨਾਲ ਤਾਂ ਮੁਲਾਕਾਤ ਹੋ ਨਹੀਂ ਸਕੀ ਪਰ ਮਸੀਤ ਵਧੀਆ ਬਣਾਈ ਹੋਈ ਆ ਤੇ ਬਹੁਤ ਪੁਰਾਣੀ ਵੀ ਆ ਫਿਰ ਆ ਵੀ ਕਿਸੇ ਪੀਰ ਜੀ ਦੀ ਕਬਰ ਆ ਪਿੰਡ ਦੇ ਸਮਸ਼ਾਨ ਘਾਟ ਦੇ ਵਿੱਚ ਇੱਥੇ ਵੀ ਲੋਕ ਧੂ ਬੱਤੀ ਕਰਦੇ ਨੇ ਫਿਰ ਆ ਵੀ ਇੱਕ ਮੁਸਲਮਾਨ ਪੀਰ ਦੀ ਜਗਾ ਇਹ ਜਗਾ ਅੰਦਰੋਂ ਤਾਂ ਵਧੀਆ ਬਣੀ ਹੋਈ ਆ ਪਰ ਇਹ ਜਗਾ ਦਾ ਨਾਂ ਨਹੀਂ ਪਤਾ ਲੱਗ ਸਕਿਆ ਕਿ ਕਿਹੜੇ ਪੀਰਾਂ ਦੀ ਜਗਾ ਇਹ ਤੇ ਫੇਰ ਦੋਸਤੋ ਆ ਬਾਬਾ ਕਰਮਸ਼ਾਹ ਜੀ ਦੀ ਜਗਾ ਬਣੀ ਹੋਈ ਆ ਪਿੰਡ ਚ ਤੇ ਲੋਕ ਕਹਿੰਦੇ ਇਹ ਬਹੁਤ ਹੀ ਪੁਰਾਣੀ ਬਣੀ ਹੋਈ ਆ ਤੇ ਤੁਸੀਂ ਤਸਵੀਰਾਂ ਚ ਦੇਖ ਹੀ ਸਕਦੇ ਹੋ ਕਿ ਬਹੁਤ ਖੁੱਲੇ ਥਾਂ ਚ ਬਣਾਈ ਹੋਈ ਆ ਇਸ ਜਗ੍ਹਾ ਤੇ ਪਿੰਡ ਦੇ ਲੋਕ ਤਾਂ ਆਉਂਦੇ ਹੀ ਨਹੀਂ ਸਕੋ ਦੂਰੋਂ ਦੂਰੋਂ ਵੀ ਲੋਕੀ ਮੱਥਾ ਟੇਕਣ ਆਉਂਦੇ ਨੇ ਤੇ ਪਿੰਡ ਦੇ ਲੋਕ ਕਹਿੰਦੇ ਜੇ ਸੱਚੇ ਦਿਲੋਂ ਤੁਸੀਂ ਇੱਥੇ ਅਰਦਾਸ ਕਰ ਲਓ ਤਾਂ ਬਾਬਾ ਕਰਮਸ਼ਾਹ ਜੀ ਜ਼ਰੂਰ ਪੂਰੀ ਕਰਦੇ ਨੇ ਤੇ ਕਹਿੰਦੇ 29 ਹਾੜ ਨੂੰ ਇੱਥੇ ਬਹੁਤ ਵੱਡਾ ਮੇਲਾ ਵੀ ਕਰਵਾਇਆ ਜਾਂਦਾ ਜਿੱਥੇ ਲੋਕੀ ਦੂਰੋਂ ਦੂਰੋਂ ਆ ਕੇ ਹਾਜ਼ਰੀਆਂ ਭਰਦੇ ਨੇ ਫੇਰ ਸਾਨੂੰ ਗਾਗੀ ਬਾਈ ਜੀ ਲੈ ਗਏ ਪੀਰ ਬਾਬਾ ਕੁਟਿਆ ਵਾਲਿਆਂ ਦੀ ਜਗ੍ਹਾ ਤੇ ਤੇ ਕਹਿੰਦੇ ਇਸ ਜਗ੍ਹਾ ਨੂੰ ਵੀ ਕਈ ਪਿੰਡ ਦੇ ਪਰਿਵਾਰ ਮੰਨਦੇ ਨੇ ਫੇਰ ਦੋਸਤੋ ਪਿੰਡ ਦੀ ਮਸਜਿਦ ਦੇ ਮਗਰਲੇ ਪਾਸੇ ਆਹ ਪੰਜ ਪੀਰਾਂ ਦੀ ਜਗ੍ਹਾ ਬਣੀ ਹੋਈ ਆ ਤੇ ਇੱਥੇ ਸਾਡੀ ਬਾਈ ਬਲਵਿੰਦਰ ਸਿੰਘ ਜੀ ਕਲਵੰਤ ਕੌਰ ਭੈਣ ਜੀ ਤੇ ਸਿਮਰਨਜੀਤ ਸਿੰਘ ਨਾਲ ਵੀ ਮੁਲਾਕਾਤ ਹੋਈ ਜੋ ਇੱਥੇ ਬਹੁਤ ਸੇਵਾ ਕਰਦੇ ਨੇ ਤੇ ਕਾਫੀ ਸਾਉ ਪਰਿਵਾਰ ਲੱਗਿਆ ਇਹਨਾਂ ਨੇ ਵੀ ਸਾਨੂੰ ਚਾਹ ਪਾਣੀ ਪੁੱਛਿਆ ਜਿਉਂਦੇ ਰਹੋ ਜੀ ਫਿਰ ਆ ਆ ਗਈ ਬਾਈ ਰੌਣਕ ਦੀ ਆਟਾ ਚੱਕੀ ਜੋ ਜੇ ਤੁਹਾਨੂੰ ਯਾਦ ਹੋਵੇ ਤਾਂ ਪਿੰਡ ਦੇ ਫੁੱਟਬਾਲ ਟੂਰਨਾਮੈਂਟ ਚ ਬਾਈ ਰੌਣਕ ਨੇ ਹੀ ਰੌਣਕਾਂ ਲਾਈਆਂ ਹੋਈਆਂ ਸੀ ਤੇ ਕਹਿੰਦੇ ਚਿੱਟੇ ਕੱਪੜੇ ਮੈਂ ਤਾਂ ਪਾਏ ਹੋਇਆ ਕਿ ਆਟਾ ਲੱਗੇ ਤਾਂ ਦੂਰੋਂ ਪਤਾ ਨਹੀਂ ਲੱਗਦਾ ਜਾਣੀ ਬਾਈ ਰੌਣਕ ਕਲਾ ਰੌਣਕੀ ਨਹੀਂ ਸਕੀਮੀ ਵੀ ਪੂਰਾ ਫਿਰ ਆ ਹੈ ਪਿੰਡ ਚ ਪ੍ਰੀਤ ਕਲਾਤ ਹਾਊਸ ਤੇ ਇੱਥੇ ਭពਿੰਦਰ ਪੈਂਡ ਜੀ ਕਹਿੰਦੇ ਵੀਰੇ ਅਸੀਂ ਮਨਿਆਰੀ ਦਾ ਸਮਾਨ ਵੀ ਵੇਚਦੇ ਆ ਤੇ ਇਹਨਾਂ ਦੀ ਦੁਕਾਨ ਤੇ ਵੀ ਕੱਪੜੇ ਦੀ ਬਹੁਤ ਹੀ ਵਧੀਆ ਵੈਰਾਈਟੀ ਆ ਤੇ ਜਿਆਦਾ ਮਹਿੰਗੇ ਵੀ ਨਹੀਂ ਫਿਰ ਆ ਹੈ ਹਰਪ੍ਰੀਤ ਸਿੰਘ ਹੈਪੀ ਬਾਈ ਜੀ ਦਾ ਜੋਤ ਕਰਿਆਨਾ ਸਟੋਰ ਤੇ ਆ ਹੈ ਕੁਲਦੀਪ ਇਲੈਕਟ੍ਰੀਕਲ ਵਰਕਰਸ ਜਾਨੀ ਬਿਜਲੀ ਵਾਲੇ ਦੀ ਦੁਕਾਨ ਫਿਰ ਦੋਸਤੋ ਆ ਹੈ ਜੋਰੇਬਾਈ ਜੀ ਦੀ 베ਰ ਕ ਦੁੱਧ ਦਹੀਂ ਲੱਸੀ ਤੇ ਪਨੀਰ ਦੀ ਦੁਕਾਨ ਤੇ ਇੱਥੇ ਸਾਡੀ ਜੋਰੇਬਾਈ ਨਾਲ ਤਾਂ ਮੁਲਾਕਾਤ ਨਹੀਂ ਹੋਈ ਪਰ ਉਹਨਾਂ ਦਾ ਭਰਾ ਪਰਮਿੰਦਰ ਸਿੰਘ ਤੇ ਮੁੱਲਾਪੁਰ ਵਾਲੇ ਅਮਨਵੀਰ ਜੀ ਨਾਲ ਜ਼ਰੂਰ ਮੁਲਾਕਾਤ ਹੋਈ ਇਹਨਾਂ ਦੇ ਸਮਾਨ ਦੀ ਵੀ ਲੋਕੀ ਬਹੁਤ ਤਾਰੀਫ ਕਰਦੇ ਨੇ ਫਿਰ ਆਹ ਹੈ ਮਾਤਾ ਮਹਿੰਦਰ ਕੌਰ ਜੀ ਤੇ ਇਹਨਾਂ ਦੀ ਵੀ ਪਿੰਡ ਚ ਘਰੇਲੂ ਜ਼ਮਾਨ ਦੀ ਹੱਟੀ ਆ ਤੇ ਘਰਾਂ ਚ ਵਰਤੋਂ ਦਾ ਕਾਫੀ ਸਮਾਨ ਇਹਨਾਂ ਕੋਲੇ ਹੈਗਾ ਫਿਰ ਆਹ ਹੈ ਰਾਜ ਕਰਿਆਨਾ ਸਟੋਰ ਤੇ ਇਹ ਸਟੋਰ ਆ ਬਾਈ ਸਤਵੀਰ ਸਿੰਘ ਜੀ ਦਾ ਫਿਰ ਆਹ ਕਰਿਆਨਾ ਸਟੋਰ ਆ ਨੀਕੀ ਬਾਈ ਜੀ ਦਾ ਪਰ ਇਹਨਾਂ ਦਾ ਪੂਰਾ ਨਾਂ ਹੈ ਹਰਨੇਕ ਸਿੰਘ ਕਹਿੰਦੇ ਪਿੰਡ 'ਚ ਲੋਕ ਮੈਨੂੰ ਨੇਕੀ ਦੇ ਨਾਂ ਨਾਲ ਹੀ ਜਾਣਦੇ ਨੇ ਤੇ ਬਾਈ ਦੀ ਦੁਕਾਨ ਤੇ ਹਰ ਤਰ੍ਹਾਂ ਦਾ ਕਰਿਆਨੇ ਦਾ ਸਮਾਨ ਮਿਲ ਜਾਂਦਾ ਤੇ ਬੰਦੇ ਤਾਂ ਇਹ ਨੇਕ ਹੈਗੇ ਹੀ ਨੇ ਫਿਰ ਆ ਹੈ ਜੈ ਬਾਬਾ ਕਰਮਸ਼ਾਹ ਜੀ ਕਰਿਆਨਾ ਸਟੋਰ ਇਹਨਾਂ ਕੋਲ ਵੀ ਬਹੁਤ ਸਮਾਨ ਆ ਤੇ ਇੱਥੇ ਸਾਨੂੰ ਪਰਮਜੀਤ ਕੌਰ ਭੈਣ ਜੀ ਮਿਲੇ ਤੇ ਕਹਿੰਦੇ ਅਸੀਂ ਫੋਟੋ ਕਾਪੀ ਵੀ ਕਰਦੇ ਆ ਫਿਰ ਆ ਆ ਗਈ ਪਿੰਡ ਦੀ ਬਹੁਤ ਹੀ ਪੁਰਾਣੀ 바ਵਾ ਟਾਇਰ ਸਰਵਿਸ ਇਹ ਟਾਇਰਾਂ ਦਾ ਕੰਮ ਤਾਂ ਕਰਦੀ ਆ ਤੇ ਦੁਕਾਨ ਦੇ ਅੰਦਰ ਇਹਨਾਂ ਨੇ ਦਾਤੀਆਂ ਦੇ ਦੰਦੇ ਕੱਢਣ ਵਾਲੀ ਮਸ਼ੀਨ ਵੀ ਲਾਈ ਹੋਈ ਆ ਕਹਿੰਦੇ ਹੁਣ ਤਾਂ ਕੰਬਾਇਨਾ ਆ ਗਿਆ ਪਹਿਲਾਂ ਹਾੜੀ ਵੱਢਣ ਵੇਲੇ 바ਵਾ 바ਵਾ ਹੀ ਹੁੰਦੀ ਸੀ ਸੱਚੀ ਗੱਲ ਆ ਬਾਈ ਦੀ ਦਾਤੀਆਂ ਦੇ ਦੰਦੇ ਕਢਾਉਣਾ ਵੀ ਇੱਕ ਕੰਮ ਹੁੰਦਾ ਸੀ ਉਦੋਂ ਫਿਰ ਦੋਸਤੋ ਆ ਹੈ ਸਖਦੇਵ ਸਿੰਘ ਸੁਖੇ ਬਾਈ ਜੀ ਦੀ ਫੀਡ ਫੈਕਟਰੀ ਫਿਰ ਆ ਹੈ ਭਗਤ ਸਿੰਘ ਭਗਤੇਬਾਈ ਜੀ ਦੀ ਤਾਜ਼ੀਆਂ ਸਬਜ਼ੀਆਂ ਦੀ ਦੁਕਾਨ ਤੇ ਆ ਜਿਹੜਾ ਜਵਾਕ ਗਾਹ ਕੇਣ ਲੱਗਿਆ ਹੋਇਆ ਇਹਦਾ ਨਾਮ ਹੈ ਪ੍ਰਭਜੋਤ ਸਿੰਘ ਫਿਰ ਆ ਹੈ ਅਰਸ਼ ਚਿਕਨ ਹਟ ਤੇ ਇੱਥੇ ਕਹਿੰਦੇ ਸ਼ਾਮ ਨੂੰ ਰੌਣਕਾਂ ਦੇਖਣ ਵਾਲੀਆਂ ਹੁੰਦੀਆਂ ਖਾਣੇ ਬਹੁਤ ਵਧੀਆ ਬਣਾਉਂਦੇ ਨੇ ਇਹ ਇੱਥੇ ਸਾਨੂੰ ਦੋ ਤਾਂ ਬੰਦਿਆਂ ਦੇ ਨਾਲੇ ਬੰਦੇ ਮਿਲੇ ਇੱਕ ਸੀ ਲਵਪ੍ਰੀਤ ਤੇ ਦੂਜਾ ਵੀ ਲਵਪ੍ਰੀਤ ਪਰ ਤੀਜਾ ਕਹਿੰਦਾ ਮੇਰਾ ਨਾਮ ਆ ਡੈਵਲ ਸਾਨੂੰ ਇਹ ਨਹੀਂ ਸਮਝ ਆਈ ਕਿ ਇਹਦਾ ਨਾਂ ਕਿਸੇ ਨੇ ਰੱਖਿਆ ਜਾਂ ਆਪ ਹੀ ਰੱਖੀ ਫਿਰਦਾ ਪਰ ਵੀਰ ਇਸ ਨਾਂ ਨਾਲ ਤੈਨੂੰ ਇਹਨਾਂ ਨੇ ਕੰਮ ਤੇ ਕਿਵੇਂ ਰੱਖ ਲਿਆ ਡੈਵਲ ਦਾ ਮਤਲਬ ਪੰਜਾਬੀ ਚ ਹੁੰਦਾ ਸ਼ੈਤਾਨ ਜਾਂ ਪ੍ਰੇਤ ਬਾਕੀ ਵੀਰ ਜੇ ਤੁਹਾਨੂੰ ਵੀ ਸਾਰਿਆਂ ਨੂੰ ਫੋਟੋ 'ਚ ਤਿੰਨ ਬੰਦੇ ਦਿਗੇ ਆ ਤਾਂ ਇਹ ਬੰਦਾ ਹੀ ਆ ਜੇ ਤੁਹਾਨੂੰ ਦੋ ਦਿਿੰਦੇ ਤੇ ਮੈਨੂੰ ਤਿੰਨ ਤਾਂ ਫਿਰ ਇਹ ਸੱਚੀ ਭੂਤਪ੍ਰੇਮੀ ਹੋਊ ਪਰ ਅਰਸ਼ ਚਿਕਨ ਹਟਦਾ ਖਾਣਾ ਸੱਚੀ ਸਵਾਦ ਆ ਫਿਰ ਆ ਆ ਗਿਆ ਜੀ ਜੇਕੇ ਟੇਲਰ ਤੇ ਇਹ ਵੀ ਬਹੁਤ ਪੁਰਾਣੇ ਤੇ ਵਧੀਆ ਟੇਲਰ ਮਾਸਟਰ ਨੇ ਤੇ ਇਹਨਾਂ ਦਾ ਨਾਂ ਜਿੰਨਾ ਮੈਨੂੰ ਸਮਝ ਆਇਆ ਉਹ ਹੈ ਮੁਹੰਮਦ ਇਸ਼ਤਿਆਕ ਤੇ ਜੇ ਮੈਂ ਗਲਤ ਬੋਲਿਆ ਹੋਵੇ ਤਾਂ ਕਮੈਂਟ ਕਰਕੇ ਦੱਸ ਦਿਓ ਆਪਾਂ ਅਗਲੇ ਵੀਰਵਾਰ ਨੂੰ ਭਾਗ 3 'ਚ ਠੀਕ ਕਰਕੇ ਦੱਸ ਦਿਆਂਗੇ ਫਿਰ ਆ ਹੈ ਸਨੀ हेयर ਡ্রেਸਰ ਤੇ ਪੰਜਾਬੀ ਚ ਕਹਿੰਦੇ ਆ ਸਨੀ ਬਾਈ ਦੀ ਵਾਲ ਕੱਟਣ ਦੀ ਦੁਕਾਨ ਤੇ ਠੇਠ ਪੰਜਾਬੀ ਚ ਸਨੀ ਦੀ ਹਜਾਮਤ ਦੀ ਦੁਕਾਨ ਤੇ ਜੇ ਹੋਰ ਵੀ ਨਾ ਸੁਣਨਾ ਤਾਂ ਸਨੀ ਇੱਥੇ ਲੋਕਾਂ ਨੂੰ ਮੰਨਦਾ ਪਰ ਨਹੀਂ ਮਜ਼ਾਕ ਨਹੀਂ ਸਨੀ ਵੀਰ ਬੰਦਾ ਵੀ ਵਧੀਆ ਤੇ ਕੰਮ ਵੀ ਵਧੀਆ ਕਰਦਾ ਜਿਉਂਦਾ ਰਹਿ ਬਾਈ ਤੇ ਵੀਰ ਨੇ ਸਾਡੇ ਚੈਨਲ ਦਾ ਵੀ ਪੋਸਟਰ ਲਾਇਆ ਹੋਇਆ ਧੰਨਵਾਦ ਵੀਰੇ ਫਿਰ ਆ ਹੈ ਬਾਈ ਜਤਿੰਦਰ ਸਿੰਘ ਜੀ ਦੀ ਜਤਿੰਦਰ ਐਗਰੀਕਲਚਰ ਵਰਕਸ਼ਾਪ ਤੇ ਇਹ ਵੀਰ ਗੇਟ ਗ੍ਰਿਲਾਂ ਦਾ ਵਧੀਆ ਬਣਾਉਂਦੇ ਇਨੈ ਤੇ ਖੇਤੀ ਦੇ ਸੰਦਾਂ ਦੀ ਵੀ ਮੁਰੰਮਤ ਕਰਕੇ ਦਿੰਦੇ ਨੇ ਫਿਰ ਆ ਆ ਗਈ ਜੀ ਗੁਰਦੀਪ ਸਿੰਘ ਲਾਢੀ ਬਾਈ ਜੀ ਦੀ ਭਰੋਵਾਲ ਮੋਟਰਸਾਈਕਲ ਵਰਕਸ਼ਾਪ ਤੇ ਆ ਹੈ ਫਰੈਂਡਸ ਕਾਰਵਾਸ਼ ਤੇ ਇੱਥੇ ਸਾਨੂੰ ਰਣਜੀਤ ਸਿੰਘ ਨੰਨੂ ਬਾਈ ਜੀ ਮਿਲੇ ਜੋ ਬਹੁਤ ਹੀ ਮਿੱਠੇ ਸੁਭਾਅ ਦੇ ਬੰਦੇ ਨੇ ਤੇ ਸਾਨੂੰ ਵੀ ਉਹਨਾਂ ਨੇ ਜੀ ਆਇਆਂ ਕਿਹਾ ਨਾਲੇ ਸਾਨੂੰ ਚਾਹ ਬਾਣੀ ਵੀ ਪੁੱਛਿਆ ਫਿਰ ਬਾਈ ਰਣਜੀਤ ਨੇ ਆਪ ਹੀ ਸਾਨੂੰ ਪੂਰਾ ਸਰਵਿਸ ਸਟੇਸ਼ਨ ਵੀ ਦਿਖਾਇਆ ਤੇ ਉਹਨਾਂ ਨੇ ਸਾਨੂੰ ਨਵੀਂ ਟੈਕਨੀਕ ਦੇ ਹੂਵਰ ਵਗੈਰਾ ਵੀ ਦਿਖਾਏ ਕਹਿੰਦੇ ਇਹਨਾਂ ਨਾਲ ਗੱਡੀਆਂ ਅਸੀਂ ਚਮਕਾ ਦਿੰਨੇ ਆ ਬਾਈ ਜੀ ਵਧੀਆ ਕੰਮ ਕਰਦੇ ਆ ਫਿਰ ਆ ਹੈ ਜੀ ਖੈਰਾ ਪ੍ਰਾਪਰਟੀ ਵਾਲਿਆਂ ਦਾ ਦਫ਼ਤਰ ਜੇ ਤੁਸੀਂ ਇਸ ਪਿੰਡ ਦੇ ਆਸ-ਪਾਸ ਵਧੀਆ ਜ਼ਮੀਨ ਜਾਂ ਘਰ ਲੱਭ ਰਹੇ ਹੋ ਤਾਂ ਖੈਰਾਬ ਸਭ ਤੁਹਾਡੀ ਸਹੀ ਮਦਦ ਕਰਨਗੇ ਫਿਰ ਆ ਹੈ ਸ਼੍ਰੀ ਕਲਗੀਦਰ ਰਾਈਸ ਮਿਲ ਤੇ ਇੱਥੇ ਮੈਂ ਤੁਹਾਨੂੰ ਦੱਸ ਦਿਆਂ ਕਿ ਬੋਰਡ ਤੇ ਇਹਨਾਂ ਨੇ ਭਾਵੇਂ ਹੰਬੜਾ ਲਿਖਿਆ ਪਰ ਹੈ ਇਹ ਪੱਠਾ ਤੂਆ ਪਿੰਡ ਦੇ ਜਮਾਂ ਹੀ ਕੋਲ ਇਹ ਰਾਈਸ ਮਿਲ ਵੀ ਬਹੁਤ ਪੁਰਾਣੀ ਆ ਤੇ ਇਹਦੇ ਨਾਲ ਵੀ ਬਹੁਤ ਲੋਕਾਂ ਦਾ ਰਜਗਾਰ ਚੱਲਦਾ ਤੇ ਫਿਰ ਆ ਹੈ ਗੁਰਨੂਰ ਵੈਲਡਿੰਗ ਵਰਕਸ਼ਾਪ ਤੇ ਇਹ ਬਾਬੂ RAM ਜੀ ਦੇ ਪੁੱਤਰ ਰਮੇਸ਼ ਸਿੰਘ ਜੀ ਦੀ ਦੁਕਾਨ ਆ ਵੈਸੇ ਦੁਕਾਨ ਤੇ ਤਾਂ ਇਹਨਾਂ ਨੇ ਰਮੇਸ਼ ਕੁਮਾਰ ਲਿਖਿਆ ਹੋਇਆ ਪਰ ਮੈਂ ਇਹਨਾਂ ਦੇ ਬਾਣੇ ਦੇ ਹਿਸਾਬ ਨਾਲ ਰਮੇਸ਼ ਸਿੰਘ ਕਹਿ ਰਿਹਾ ਇਹਨਾਂ ਦੇ ਕੰਮ ਦੀਆਂ ਵੀ ਲੋਕ ਬਹੁਤ ਤਾਰੀਫਾਂ ਕਰਦੇ ਨੇ ਫਿਰ ਇਹ ਹੈ ਕਾਕਾ ਮੋਟਰ ਗੈਰੇਜ ਤੇ ਇਹ ਕਾਰਾਂ ਦਾ ਏਸੀ ਤੇ ਹੋਰ ਕਾਰਾਂ ਦੀ ਰਿਪੇਅਰ ਦਾ ਕੰਮ ਬਹੁਤ ਵਧੀਆ ਕਰਦੇ ਨੇ ਯਾਨੀ ਕਾਰਾਂ ਦੇ ਤੁਸੀਂ ਕਾਕੇ ਬਾਈ ਨੂੰ ਡਾਕਟਰ ਹੀ ਮੰਨ ਲਓ ਤੇ ਆ ਇੱਕ ਕਾਰ ਦੀ ਦੁੱਖ ਤਕਲੀਫ ਹੈ ਹੁਣੀ ਠੀਕ ਕਰਨ ਲੱਗੇ ਹੋਏ ਨੇ ਤੇ ਵਧੀਆ ਮਕੈਨਿਕ ਨੇ ਕਾਕਾ ਵੀਰ ਤੇ ਆ ਹੈ ਜਗਦੀਸ਼ ਸਿੰਘ ਜੀ ਦੀ ਆਟਾ ਚੱਕੀ ਤੇ ਬਾਈ ਕਹਿੰਦੇ ਤਕਰੀਬਨ ਅੱਧਿਓ ਵੱਧ ਪਿੰਡ ਸਾਤੋਂ ਹੀ ਆਟਾ ਭਿਉਂਦਾ ਫਿਰ ਆ ਹੈ ਸਾਡੀਆਂ ਔਰਤਾਂ ਨੂੰ ਸੋਹਣਾ ਬਣਾਉਣ ਵਾਲਾ ਕਾਰਖਾਨਾ ਯਾਨੀ ਹਾਰਮਨ ਬਿਊਟੀ ਪਾਰਲਰ ਤੇ ਆ ਹੈ ਅਰਚ ਡਿਜ਼ਾਈਨਰ ਬੁਟੀਕ ਤੇ ਆ ਹੈ ਪਰ ਨੀਤ ਬਿਊਟੀ ਪਾਰਲਰ ਇਹਨਾਂ ਦਾ ਵੀ ਕੰਮ ਬਹੁਤ ਵਧੀਆ ਹੁਣ ਆਏ ਨਾ ਕਹਦੇ ਹੋ ਕਿ ਬਾਈ ਤੂੰ ਇਹਨਾਂ ਤੋਂ ਤਾਂ ਗੱਲ ਵਾਇਆ ਕਿ ਮੇਕਅਪ ਕਰਾਇਆ ਨਹੀਂ ਵੀਰ ਮੈਂ ਨਹੀਂ ਕਰਾਇਆ ਪਰ ਪਿੰਡ ਦੀਆਂ ਔਰਤਾਂ ਕਹਿੰਦੀਆਂ ਕਿ ਵਧੀਆ ਇਹਨਾਂ ਦਾ ਕੰਮ ਫਿਰ ਆ ਹੈ ਵਿਨੋਦ ਸਬੀਟ ਸ਼ਾਪ ਤੇ ਇਹ ਕਹਿੰਦੇ ਅਸੀਂ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮ ਵੀ ਬੁੱਕ ਕਰਦੇ ਹਾਂ ਸਾਡੇ ਕੋਲ ਵਧੀਆ ਹਲਵਾਈ ਨੇ ਫਿਰ ਆ ਹੈ ਰਾਜੂ ਕਰਿਆਨਾ ਸਟੋਰ ਇੱਥੇ ਰਾਜੂ ਬਾਈ ਤਾਂ ਨਹੀਂ ਮਿਲਿਆ ਪਰ ਹਰਪ੍ਰੀਤ ਭੈਣ ਜੀ ਜ਼ਰੂਰ ਮਿਲੇ ਇਹਨਾਂ ਕੋਲੋਂ ਵੀ ਕਰਿਆਨੇ ਦਾ ਬਹੁਤ ਸਮਾਨ ਮਿਲ ਜਾਂਦਾ ਤੇ ਆ ਹੈ ਮੁਖਤਿਆਰ ਸਾਊਂਡ ਸਰਵਿਸ ਜਾਨੀ ਸਪੀਕਰ ਵਾਲਾ ਭਾਈ ਤੇ ਆ ਹੈ ਗਰਗ ਕਰਿਆਨਾ ਸਟੋਰ ਤੇ ਇੱਥੇ ਸਾਨੂੰ ਬਾਈ ਪ੍ਰਿੰਸ ਗਰਗ ਜੀ ਮਿਲੇ ਅਸੀਂ ਕਿਹਾ ਬਾਈ ਪ੍ਰਿੰਸ ਦਾ ਮਤਲਬ ਤਾਂ ਰਾਜਕੁਮਾਰ ਹੁੰਦਾ ਤਾਂ ਬਾਈ ਕਹਿੰਦਾ ਜੀ ਮੈਂ ਇਸੇ ਸਲਤਨਤ ਦਾ ਹੀ ਪ੍ਰਿੰਸ ਆ ਵਧੀਆ ਲੱਗੇ ਵੀਰ ਸਾਨੂੰ ਤੇ ਫਿਰ ਆ ਹੈ ਸੋਨੀ ਬਾਈ ਜੀ ਦੀ ਵਾਲ ਕੱਟਣ ਦੀ ਦੁਕਾਨ ਕੰਦੇ ਸੋਨੀ ਬਾਈ ਬਹੁਤ ਵਧੀਆ ਗਵਾਲ ਕੱਟਦਾ ਤੇ ਆ ਹੈ ਪ੍ਰਵੀਨ ਕਰਿਆਨਾ ਸਟੋਰ ਇਹਨਾਂ ਦਾ ਕੰਮ ਵੀ ਬਹੁਤ ਵਧੀਆ ਚੱਲਦਾ ਤੇ ਫਿਰ ਆ ਆ ਗਈ ਗੁਰੂ ਰਾਮਦਾਸ ਸਟੇਸ਼ਨਰੀ ਦੀ ਦੁਕਾਨ ਤੇ ਇੱਥੇ ਸਾਨੂੰ ਬਾਈ ਕਾਨ ਸਿੰਘ ਜੀ ਮਿਲੇ ਤੇ ਉਹ ਪਹਿਲਾਂ ਬਿਜਲੀ ਬੋਰਡ 'ਚ ਨੌਕਰੀ ਕਰਦੇ ਹੁੰਦੇ ਸੀ ਤੇ ਹੁਣ ਆ ਦੁਕਾਨ ਤੇ ਉਹ ਕਾਪੀਆਂ ਕਿਤਾਬਾਂ ਦੇ ਨਾਲ-ਨਾਲ ਫੋਟੋਸਟੇਟ ਵੀ ਕਰਦੇ ਨੇ ਫਿਰ ਆ ਹੈ ਗੁਰੂ ਨਾਨਕ ਇਲੈਕਟ੍ਰੀਕਲ ਤੇ ਲਾਈਟ ਡੈਕੋਰੇਸ਼ਨ ਦੀ ਦੁਕਾਨ ਇਹ ਦੁਕਾਨ ਜਗਦੀਪ ਸਿੰਘ ਪੜੈਣ ਵਾਲੇ ਬਾਈ ਜੀ ਦੀ ਆ ਫੇਰ ਪਿੰਡ ਪੱਠਾ ਤੋਂ ਅੱਜ ਆਹ ਲਾਈਟ ਫਾਰਮਸ ਨਾਂ ਦੀ ਫੈਕਟਰੀ ਆ ਤੇ ਕਹਿੰਦੇ ਇੱਥੇ LED ਲਾਈਟਾਂ ਤੇ ਟਿਊਬਾਂ ਬਣਦੀਆਂ ਨੇ ਦੋਸਤੋ ਇਸ ਫੈਕਟਰੀ ਦਾ ਵੀ ਪਿੰਡ ਨੂੰ ਤੇ ਇਹਦੇ ਨੇੜੇ-ਤੇੜੇ ਦੇ ਪਿੰਡਾਂ ਨੂੰ ਬਹੁਤ ਫਾਇਦਾ ਕਿਉਂਕਿ ਇਹਦੇ 'ਚ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਤੇ ਦੋਸਤੋ ਮੇਰੇ ਹਿਸਾਬ ਨਾਲ ਤਾਂ ਅਸੀਂ ਤੁਹਾਨੂੰ ਪੂਰੇ ਪੱਠੇ ਧੂਏ ਪਿੰਡ ਦੀ ਜਾਣਕਾਰੀ ਦੇ ਹੀ ਦਿੱਤੀ ਆ ਪਰ ਫਿਰ ਵੀ ਜੇ ਕੁਝ ਰਹਿ ਗਿਆ ਹੋਵੇ ਤਾਂ ਕਮੈਂਟ ਕਰਕੇ ਦੱਸ ਦਿਓ ਆਪਾਂ ਅਗਲੇ ਵੀਰਵਾਰ ਨੂੰ ਭਾਗ 3 ਪ੍ਰੋਗਰਾਮ ਚ ਜ਼ਰੂਰ ਦੱਸਾਂਗੇ ਤੇ ਜੇ ਇਸ ਪ੍ਰੋਗਰਾਮ ਚ ਕਿਸੇ ਨੂੰ ਮੇਰੇ ਕਿਸੇ ਹਾਸੇ ਮਜ਼ਾਕ ਵਾਲੀ ਗੱਲ ਦਾ ਬੁਰਾ ਲੱਗਿਆ ਹੋਵੇ ਤਾਂ ਅਸੀਂ ਦਿਲੋਂ ਮਾਫੀ ਚਾਹੁੰਦੇ ਆ ਸਾਡਾ ਮਕਸਦ ਤਾਂ ਤੁਹਾਨੂੰ ਹਾਸੇ ਮਖੌਲ ਨਾਲ ਪਿੰਡ ਦੀ ਜਾਣਕਾਰੀ ਦੇਣਾ ਹੁੰਦਾ ਤੇ ਦੋਸਤੋ ਜੇ ਕਿਸੇ ਦਾ ਨਾਮ ਗਲਤ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਵੀ ਮਾਫੀ ਮੰਗਦੇ ਆ ਤੇ ਅਸੀਂ ਲਖਵਿੰਦਰ ਸਿੰਘ ਗਾਗੀ ਬਾਈ ਜੀ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨਾ ਕਰਕੇ ਸਾਨੂੰ ਇੰਨਾ ਸੋਹਣਾ ਪਿੰਡ ਦੇਖਣ ਦਾ ਮੌਕਾ ਮਿਲਿਆ ਬਾਈ ਜਿਉਂਦੇ ਰਹੋ ਤੇ ਮੇਰੇ ਸਾਰੇ ਪ੍ਰੋਗਰਾਮ ਦੇਖਿਆ ਕਰੋ ਹੁਣ ਮੈਨੂੰ ਇੱਥੇ ਹੀ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਰੱਬ ਰੱਖਾ ਦੋਸਤੋ